ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚੈਨਲ ਸ਼ਾਨ ਪੰਜਾਬੀ ਕੱਲ ਯਾਨੀ 2 ਤਾਰੀਖ ਵਾਲੇ ਦਿਨ ਇੱਕ ਇਹੋ ਜਿਹੀ ਖਬਰ ਸਾਹਮਣੇ ਆਂਦੀ ਹੈ ਜਿਸ ਨੇ ਹਰ ਇੱਕ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਕਿਉਂਕਿ ਸ਼ਾਇਦ ਕਿਸੇ ਨੇ ਵੀ ਇਸ ਖਬਰ ਦੀ ਉਮੀਦ ਨਹੀਂ ਕੀਤੀ ਸੀ ਇੱਕ ਇਹੋ ਜਿਹਾ ਇਨਸਾਨ ਜੋ ਕੁਝ ਦਿਨ ਪਹਿਲਾਂ ਹੀ ਹੱਸਦਾ ਖੇਡਦਾ ਨਜ਼ਰ ਆਉਂਦਾ ਹੈ ਕੁਝ ਰਿਐਲਿਟੀ ਸ਼ੋਜ਼ ਦੇ ਵਿੱਚ ਵੀ ਨਜ਼ਰ ਆਉਂਦਾ ਹੈ ਅਤੇ ਅਚਾਨਕ ਉਸ ਦੇ ਨਾਲ ਜੁੜੀ ਖਬਰ ਸਾਹਮਣੇ ਆਉਂਦੀ ਹੈ ਕਿ ਸਿਧਾਰਥ ਸ਼ੁਕਲਾ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਵਾਕਈ ਜਦੋਂ ਵੀ ਕਿਸੇ ਵੀ ਇਨਸਾਨ ਕੋਲੇ ਖਬਰ ਪਹੁੰਚੀ ਹੋਵੇਗੀ ਇੱਕ ਵਾਰ ਲੂੰ ਕੰਡੇ ਜ਼ਰੂਰ ਖੜੇ ਹੋਏ ਹੋਣਗੇ ਕਿਉਂਕਿ ਕਿਹੋ ਜਿਹਾ ਇਨਸਾਨ ਜੋ ਸਰੀਰਕ ਤੌਰ ਤੇ ਦੇਖਿਆ ਜਾਵੇ ਤਾਂ ਬਿਲਕੁਲ ਤੰਦਰੁਸਤ ਲੱਗਦੇ ਸੀ ਦੇਖਣ ਨੂੰ ਅਤੇ ਜੇਕਰ ਉਹਦੇ ਸੁਭਾਅ ਦੀ ਗੱਲ ਕਰੀਏ ਤਾਂ ਸੁਭਾਅ ਕੁਝ ਸਿੱਧਾ ਸੁਭਾਅ ਸੀ ਜਿਸ ਦੇ ਕਾਰਨ ਉਹਨਾਂ ਨੂੰ ਕਾਫੀ ਜ਼ਿਆਦਾ ਲੋਕ ਪਸੰਦ ਵੀ ਕਰ ਰਹੇ ਸੀ ਸਿਧਨਾਜ਼ ਦੀ ਜੋੜੀ ਸ਼ਹਿਨਾਜ਼ ਗਿੱਲ ਜਿਸ ਦੇ ਕਾਰਨ ਜੋ ਸਿਧਾਰਥ ਸ਼ੁਕਲਾ ਉਹਨਾਂ ਨੂੰ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਕਾਫੀ ਲੋਕ ਜਾਣਨ ਲੱਗ ਪਏ ਹਿਮਾਂਸ਼ੀ ਖੁਰਾਨਾ ਨੇ ਸਿਧਾਰਥ ਦੀ ਮੌਤ ਦੇ ਉੱਤੇ ਦੁੱਖ ਪ੍ਰਗਟਾਇਆ ਹਿਮਾਂਸ਼ੀ ਖੁਰਾਨਾ ਦੀ ਗੱਲ ਕਰੀਏ ਤਾਂ ਲਗਾਤਾਰ ਉਹਨਾਂ ਦੇ ਵੱਲੋਂ ਪੋਸਟਾਂ ਸਾਂਝੀਆਂ ਕੀਤੀਆਂ ਗਈਆਂ ਪਰ ਸ਼ਹਿਨਾਜ਼ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਕਾਫੀ ਬੁਰੀ ਤਰ੍ਹਾਂ ਟੁੱਟੇ ਹੋਏ ਨਜ਼ਰ ਆ ਰਹੇ ਨੇ ਕੱਲ ਦੀ ਗੱਲ ਕਰੀਏ ਤਾਂ ਕੱਲ ਜਦੋਂ ਦੀ ਇਹ ਖਬਰ ਸਾਹਮਣੇ ਆਈ ਉਸ ਤੋਂ ਬਾਅਦ ਹਰ ਇੱਕ ਇਨਸਾਨ ਦਾ ਦਿਲ ਰੋ ਰਿਹਾ ਸੀ ਅਤੇ ਬਾਰ-ਬਾਰ ਇਹੀ ਹੋ ਰਿਹਾ ਸੀ ਕਿ ਕਦੋਂ ਸਿਧਾਰਥ ਦੇ ਨਾਲ ਜੁੜੀ ਹੋਈ ਕੋਈ ਖਬਰ ਸਾਹਮਣੇ ਆਵੇ ਕਦੋਂ ਇਹ ਪਤਾ ਲੱਗੇ ਕਿ ਸ਼ਹਿਨਾਜ਼ ਦੀ ਹਾਲਤ ਕੀ ਹੈ ਸਿਧਾਰਥ ਦੀ ਗੱਲ ਕਰੀਏ ਤਾਂ ਉਸ ਤੋਂ ਬਾਅਦ ਇਹ ਜਾਣਕਾਰੀ ਸਾਹਮਣੇ ਆਈ ਕਿ ਸਿਧਾਰਥ ਨੂੰ ਹਾਰਟ ਅਟੈਕ ਦੀ ਪ੍ਰੋਬਲਮ ਆਈ ਹੈ ਜਿਸ ਦੇ ਕਾਰਨ ਅਚਾਨਕ ਉਹਨਾਂ ਦੀ ਮੌਤ ਹੋ ਗਈ ਹੈ ਉਸ ਤੋਂ ਬਾਅਦ ਤੁਸੀਂ ਦੇਖ ਹੀ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਕਦਮ ਹੜਕੰਪ ਮੱਚ ਗਿਆ ਸਿਤਾਰਿਆਂ ਦੀ ਗੱਲ ਕਰੀਏ ਭਾਵੇਂ ਬਾਲੀਵੁੱਡ ਦੇ ਸਿਤਾਰੇ ਹੋਣ ਸਲਮਾਨ ਖਾਨ ਹੋਣ ਭਾਵੇਂ ਪੰਜਾਬੀ ਇੰਡਸਟਰੀ ਦੇ ਸਿਤਾਰੇ ਹੋਣ ਹਰ ਕੋਈ ਭਾਵੁਕ ਹੁੰਦਾ ਹੋਇਆ ਨਜ਼ਰ ਆਇਆ ਅਤੇ ਇੱਕ ਯਕੀਨ ਨਾ ਕਰਨ ਵਾਲੀ ਗੱਲ ਸੀ ਕਿ ਸਿਧਾਰਥ ਸ਼ੁਕਲਾ ਦੀ ਇੱਕ ਹਾਰਟ ਅਟੈਕ ਦੇ ਨਾਲ ਮੌਤ ਕਿੱਦਾਂ ਹੋ ਸਕਦੀ ਹੈ ਖੈਰ ਸ਼ਾਇਦ ਪਰਮਾਤਮਾ ਨੂੰ ਇਸੇ ਤਰ੍ਹਾਂ ਮਨਜ਼ੂਰ ਸੀ ਪਰ ਸਿਧਾਰਥ ਦੀ ਮੌਤ ਨੇ ਹਰ ਕਿਸੇ ਨੂੰ ਸੋਗ ਦੇ ਵਿੱਚ ਪਾ ਦਿੱਤਾ ਹੈ ਦੁੱਖ ਦੀ ਲਹਿਰ ਦੇ ਵਿੱਚ ਪਾ ਦਿੱਤਾ ਹੈ ਸ਼ਹਿਨਾਜ਼ ਵੀ ਉਸਦਾ ਇੱਕ ਹਿੱਸਾ ਹੈ ਸ਼ਹਿਨਾਜ਼ ਦਾ ਇੱਕ ਇਹੋ ਜਿਹਾ ਬਿਆਨ ਸਾਹਮਣੇ ਆਇਆ ਜਿਸ ਨੇ ਹਰ ਕਿਸੇ ਨੂੰ ਭਾਵੁਕ ਕਰਕੇ ਰੱਖ ਦਿੱਤਾ ਕਿਤੇ ਨਾ ਕਿਤੇ ਇੰਤਜ਼ਾਰ ਸਭ ਨੂੰ ਸੀ ਕਿ ਸ਼ਹਿਨਾਜ਼ ਦਾ ਕੋਈ ਬਿਆਨ ਸਾਹਮਣੇ ਆਵੇ ਜਿਸ ਤੋਂ ਪਤਾ ਲੱਗੇ ਕਿ ਉਸਦੀ ਹਾਲਤ ਕਿਸ ਤਰ੍ਹਾਂ ਹੈ ਜਿਹੜੀ ਲੜਕੀ ਇੱਕ ਮਿੰਟ ਸਿਧਾਰਥ ਸ਼ੁਕਲਾ ਤੋਂ ਬਿਨਾਂ ਨਹੀਂ ਰਹਿ ਰਹੀ ਸੀ ਉਹ ਹੁਣ ਕਿਵੇਂ ਰਹਿ ਰਹੀ ਹੋਵੇਗੀ ਤਾਂ ਸ਼ਹਿਨਾਜ਼ ਕੌਰ ਗਿੱਲ ਦਾ ਭਾਵੁਕ ਕਰ ਦੇਣ ਵਾਲਾ ਬਿਆਨ ਸਾਹਮਣੇ ਆਉਂਦਾ ਆਪਣੇ ਪਾਪਾ ਨੂੰ ਕਹਿੰਦੀ ਹੈ ਕਿ ਪਾਪਾ ਸਿਧਾਰਥ ਨੇ ਮੇਰੇ ਹੱਥਾਂ ਦੇ ਵਿੱਚ ਆਪਣਾ ਦਮ ਤੋੜਿਆ ਮੈਂ ਕਿਵੇਂ ਰਹਾਂਗੀ ਸਿਧਾਰਥ ਤੋਂ ਬਿਨਾਂ ਇਹ ਬਿਆਨ ਵਾਕਈ ਦਿਲ ਨੂੰ ਝੰਜੋੜ ਦੇਣ ਵਾਲਾ ਬਿਆਨ ਸੀ ਕਿ ਸ਼ਹਿਨਾਜ਼ ਕਹਿ ਰਹੀ ਹੈ ਕਿ ਮੈਂ ਕਿਵੇਂ ਜੀਵਾਂਗੀ ਜਿਸ ਲੜਕੀ ਨੇ ਪੂਰੀ ਦੁਨੀਆ ਦੇ ਸਾਹਮਣੇ ਆਪਣੇ ਵੱਲੋਂ ਇਜ਼ਹਾਰ ਕੀਤਾ ਕਿ ਮੈਂ ਸਿਧਾਰਥ ਨੂੰ ਪਿਆਰ ਕਰਦੀ ਹਾਂ ਭਾਵੇਂ ਸਿਧਾਰਥ ਨੇ ਉਸ ਸਮੇਂ ਉਹਨਾਂ ਗੱਲਾਂ ਦਾ ਜਵਾਬ ਦਿੱਤਾ ਭਾਵੇਂ ਨਹੀਂ ਪਰ ਸ਼ਹਿਨਾਜ਼ ਇੱਕ ਇਹੋ ਜਿਹੀ ਲੜਕੀ ਸੀ ਜਿਸਨੇ ਕਾਫੀ ਜ਼ਿਆਦਾ ਦਿਲ ਤੋਂ ਅਪਣਾ ਲਿਆ ਸੀ ਸਿਧਾਰਥ ਨੂੰ ਅਤੇ ਸਿਧਾਰਥ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਉਸ ਤੋਂ ਬਾਅਦ ਸ਼ਹਿਨਾਜ਼ ਦੀ ਤੁਸੀਂ ਹਾਲਤ ਦੇਖ ਸਕਦੇ ਹੋ ਝਲਕੀਆਂ ਅੱਜ ਦੇ ਦਿਨ ਕਾਫੀ ਸਾਹਮਣੇ ਆਈਆਂ ਜਦੋਂ ਅੰਤਿਮ ਸੰਸਕਾਰ ਸੀ ਸਿਧਾਰਥ ਸ਼ੁਕਲਾ ਦਾ ਸ਼ਹਿਨਾਜ਼ ਦੀ ਹਾਲਤ ਤੁਸੀਂ ਦੇਖ ਚੁੱਕੇ ਸੀ ਜੋ ਫੁੱਟ ਫੁੱਟ ਕੇ ਰੋ ਰਹੀ ਸੀ ਉਹਨਾਂ ਦੇ ਭਰਾ ਸ਼ਹਿਬਾਜ਼ ਉਹਨਾਂ ਦੇ ਨਾਲ ਸੀ ਲਗਾਤਾਰ ਸ਼ਹਿਨਾਜ਼ ਦਾ ਹੱਥ ਫੜ ਰਹੇ ਸੀ ਉਹ ਕਿ ਕਿਸੇ ਤਰੀਕੇ ਦੇ ਨਾਲ ਸ਼ਹਿਨਾਜ਼ ਚੁੱਪ ਕਰ ਜਾਵੇ ਪਰ ਸ਼ਹਿਨਾਜ਼ ਰੋਂਦੇ ਹੋਏ ਨਜ਼ਰ ਆ ਰਹੇ ਸੀ ਹਾਲਤ ਕਾਫੀ ਜ਼ਿਆਦਾ ਗੰਭੀਰ ਸੀ ਸ਼ਹਿਨਾਜ਼ ਦੀ ਵੀ ਉਸ ਤੋਂ ਬਾਅਦ ਅੰਤਿਮ ਸੰਸਕਾਰ ਦਾ ਸਮਾਂ ਆਇਆ ਕਿੰਨੇ ਹੀ ਵੱਡੇ ਵੱਡੇ ਸਿਤਾਰੇ ਨਜ਼ਰ ਆਏ ਜੋ ਉੱਥੇ ਪਹੁੰਚੇ ਕਿਉਂਕਿ ਇੱਕ ਅਜਿਹੀ ਸ਼ਖਸੀਅਤ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ ਜਿਸ ਨੇ ਆਪਣੀ ਵਾਕਈ ਹੀ ਵੱਖਰੀ ਪਹਿਚਾਣ ਬਣਾਈ ਦੁਨੀਆ ਦੇ ਨਜ਼ਰਾਂ ਦੇ ਵਿੱਚ ਬਿਗ ਬੋਸ ਦਾ ਘਰ ਇੱਕ ਇਹੋ ਜਿਹਾ ਘਰ ਰਿਹਾ ਜਿਸ ਨੇ ਸਿਧਾਰਥ ਸ਼ੁਕਲਾ ਦਾ ਜੋ ਅਸਲੀ ਸੀ ਉਸਨੂੰ ਅੱਗੇ ਲੈ ਕੇ ਆਉਂਦਾ ਸ਼ਾਇਦ ਕੁਝ ਲੋਕ ਸੀ ਉਸ ਸਮੇਂ ਜੋ ਸਿਧਾਰਥ ਨੂੰ ਪਸੰਦ ਨਹੀਂ ਕਰਦੇ ਸੀ ਪਰ ਆਪਣੇ ਸਿੱਧੇ ਸੁਭਾਅ ਦੇ ਕਾਰਨ ਕਾਫੀ ਜ਼ਿਆਦਾ ਜਾਣੇ ਜਾਣ ਲੱਗ ਗਏ ਸੀ ਸਿਧਾਰਥ ਸ਼ੁਕਲਾ ਕਿੰਨੇ ਹੀ ਸੀਰੀਅਲਸ ਦੇ ਵਿੱਚ ਕੰਮ ਕੀਤਾ ਪਰ ਅੱਜ ਦਾ ਦਿਨ ਇੱਕ ਵਾਕਈ ਹੀ ਗਮਗੀਨ ਦਿਨ ਸੀ ਕੱਲ੍ਹ 2 ਤਾਰੀਖ ਵਾਲੇ ਦਿਨ ਜਦੋਂ ਖਬਰ ਮਿਲੀ ਉਸ ਤੋਂ ਬਾਅਦ ਅੱਜ ਤੱਕ ਦਾ ਸਮਾਂ ਸ਼ਾਇਦ ਸਭ ਤੋਂ ਜ਼ਿਆਦਾ ਦੁੱਖ ਵਾਲਾ ਸਮਾਂ ਹੋਵੇਗਾ ਸਿਧਾਰਥ ਸ਼ੁਕਲਾ ਦੇ ਫੈਨਸ ਲਈ ਕਿਉਂਕਿ ਅੰਤਿਮ ਸੰਸਕਾਰ ਤੱਕ ਸਿਧਾਰਥ ਸ਼ੁਕਲਾ ਨੂੰ ਕਿਸ ਕਦਰ ਉਹਨਾਂ ਦੀ ਹਾਲਤ ਸੀ ਉਹ ਸਾਰਾ ਕੁਝ ਦੇਖਿਆ ਗਿਆ ਲਗਾਤਾਰ ਤੁਸੀਂ ਝਲਕੀਆਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਹੋ ਜਿਹਾ ਮਾਹੌਲ ਸੀ ਲੋਕ ਕਿਸ ਤਰ੍ਹਾਂ ਰੋ ਰਹੇ ਸੀ ਉਹਨਾਂ ਦੇ ਜੋ ਜਿਨ੍ਹਾਂ ਦੇ ਬਿਗ ਬੋਸ ਦੇ ਘਰ ਦੇ ਵਿੱਚ ਜਿਹੜੇ ਉਹਨਾਂ ਦੇ ਨਾਲ ਕਹਿ ਸਕਦੇ ਹਾਂ ਕਿ ਤਕਰਾਰ ਹੋ ਗਿਆ ਸੀ ਜਿਨ੍ਹਾਂ ਦੇ ਨਾਲ ਉਹਨਾਂ ਦਾ ਉਹ ਵੀ ਪਹੁੰਚੇ ਉਹ ਵੀ ਆਪਣੇ ਕਲਿਪਸ ਸਾਂਝੇ ਕਰ ਰਹੇ ਨੇ ਮੈਂ ਕੀ ਕਿੰਨਾ ਪਿਆਰ ਸੀ ਸਾਡਾ ਦੋਵਾਂ ਦਾ ਪਰ ਵਾਕਈ ਬੜੇ ਦੁੱਖ ਦੀ ਘੜੀ ਸੀ ਅੱਜ ਦੀ ਘੜੀ ਸੀ ਜੋ ਸਿਧਾਰਥ ਸ਼ੁਕਲਾ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਹਾਲਾਂਕਿ ਜੇਕਰ ਪੋਸਟਮਾਰਟਮ ਦੀ ਰਿਪੋਰਟ ਦੀ ਗੱਲ ਕਰੀਏ ਤਾਂ ਇੰਤਜ਼ਾਰ ਸੀ ਸਭ ਨੂੰ ਪਰ ਜਿੰਨੀ ਹੁਣ ਤੱਕ ਜਾਣਕਾਰੀ ਸਾਹਮਣੇ ਆਈ ਹੈ ਉਸ ਤੋਂ ਹਿਸਾਬ ਦੇ ਨਾਲ ਇਹ ਸਾਹਮਣੇ ਆਇਆ ਕਿ ਜੋ ਸਿਧਾਰਥ ਸ਼ੁਕਲਾ ਸੀ ਹਾਰਟ ਅਟੈਕ ਕਾਰਨ ਹੀ ਉਹਨਾਂ ਦੀ ਡੈਥ ਹੋਈ ਹੈ ਅਤੇ ਕੋਈ ਵੀ ਇਹੋ ਜਿਹਾ ਮਾਮਲਾ ਨਹੀਂ ਸਾਹਮਣੇ ਆਇਆ ਉਹਨਾਂ ਦੇ ਸਰੀਰ 'ਤੇ ਕੋਈ ਸੱਟਾਂ ਨਹੀਂ ਸੀ ਜਿਸ ਨੂੰ ਲੈ ਕੇ ਇਹ ਕਿਹਾ ਜਾ ਸਕੇ ਕਿ ਜੋ ਸਿਧਾਰਥ ਸ਼ੁਕਲਾ ਹੈ ਉਹ ਕਿਸੇ ਉਹਨਾਂ ਦਾ ਕੋਈ ਮਰਡਰ ਹੋਇਆ ਕੁਝ ਅਜਿਹਾ ਹੋਇਆ ਕਿਉਂਕਿ ਬਹੁਤ ਛੋਟੀ ਉਮਰ ਦੇ ਵਿੱਚ ਗਏ ਨੇ ਪਰ ਵਾਕਈ ਹੀ ਅੱਜ ਦੇ ਸਮੇਂ ਤੱਕ ਦਾ ਕਾਫੀ ਜ਼ਿਆਦਾ ਗਮਗੀਨ ਮਾਹੌਲ ਦੇਖਣ ਨੂੰ ਮਿਲਿਆ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਜੋ ਉਹਨਾਂ ਦੇ ਚਾਹਣ ਵਾਲੇ ਸੀ
जां उन्हां दे परिवारिक मैंबर सी, भावें शहनाज़ गिल भी सी, सब नूं ही परमात्मा ये भाणा मन्नण दी हुण ताकत दवे, क्योंकि सानूं पता है कि आने वाले समें दे विच सिद्धार्थ शुक्ला सानूं नहीं नज़र आणगे, ते परमात्मा दा भाणा मन्नणा ही इह सब तों वड्डी गल होवेगी इन्हां समयां दे विच। ते असीं वी दुआवां करदे आं कि जल्दी तों जल्दी परिवार ये भाणा मन सके, शहनाज़ गिल भी जल्दी तों जल्दी ठीक हो जाण। बाकी सिद्धार्थ शुक्ला भावें इस दुनिया दे विच अज नहीं ने, पर हमेशा वो साडे सारयां दे दिलां दे विच जिंदा रहणगे, ते शायद वो एक अजिही शख्सियत सी जिन्हां नूं कोई भी कदे नहीं भुला पावेगा।